ਸਬਸਕ੍ਰਾਈਬ ਕਰੋ ਨਿਡਰ ਆਵਾਜ਼ ਟੀਵੀ ਨੂੰ ਤੇ ਤਾਜ਼ਾ ਵੀਡੀਓਜ਼ ਪਾਉਣ ਲਈ ਬੈਲ ਦਾ ਬਟਨ ਦਬਾਓ। ਲੁੱਟਖੋ ਕਰਨ ਵਾਲੇ ਦੋ ਵਿਅਕਤੀਆਂ ਨੂੰ ਥਾਣਾ ਵਲਟੋਹਾ ਦੀ ਪੁਲਿਸ ਨੇ ਕੀਤਾ ਕਾਬੂ। ਤਰਨਤਾਰਨ ਦੀ ਥਾਣਾ ਵਲਟੋਹਾ ਪੁਲਿਸ ਨੇ ਲੁੱਟਖੋ ਅਤੇ ਚੋਰੀਆਂ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕਰਦੇ ਹੋਏ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਵਲਟੋਹਾ ਦੇ SHO ਹਰਚੰਦ ਸਿੰਘ ਸੰਧੂ ਨੇ ਦੱਸਿਆ ਕਿ ਬੀਤੇ ਦਿਨੀ ਅੱਡਾ ਵਲਟੋਹਾ ਵਿਖੇ ਇੱਕ ਔਰਤ ਅਮਨਦੀਪ ਕੌਰ ਆਈ ਅਤੇ ਉਹ ਸਬਜ਼ੀ ਵਾਲੀ ਦੁਕਾਨ ਤੋਂ ਸਬਜ਼ੀ ਖਰੀਦਣ ਲੱਗੀ ਤਾਂ ਦੋ ਮੋਨੇ ਨੌਜਵਾਨ ਮੋਟਰਸਾਈਕਲ 'ਤੇ ਆਏ ਅਤੇ ਉਸਦਾ ਪਰਸ ਖੋਹ ਕੇ ਫਰਾਰ ਹੋ ਗਏ ਅਤੇ ਪੀੜਤ ਔਰਤ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ, ਜਿਸ 'ਤੇ ਕਾਰਵਾਈ ਕਰਦੇ ਹੋਏ ਪੁਲਿਸ ਪਾਰਟੀ ਨੇ ਇਹਨਾਂ ਦੋਵਾਂ ਨੌਜਵਾਨਾਂ ਦਾ ਪਿੱਛਾ ਕੀਤਾ ਅਤੇ ਇਹਨਾਂ ਨੂੰ ਕਾਬੂ ਕਰ ਲਿਆ, ਜਿਨ੍ਹਾਂ ਕੋਲੋਂ ਪੀੜਤ ਔਰਤ ਅਮਨਦੀਪ ਕੌਰ ਦਾ ਪਰਸ ਬਰਾਮਦ ਕੀਤਾ, ਜਿਸ ਵਿੱਚ 2500 ਰੁਪਏ ਨਕਦ ਅਤੇ ATM ਕਾਰਡ ਹੋਰ ਵੀ ਜ਼ਰੂਰੀ ਦਸਤਾਵੇਜ਼ ਬਰਾਮਦ ਕਰ ਲਏ ਗਏ। ਉਹਨਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਨੌਜਵਾਨਾਂ ਦੀ ਪਹਿਚਾਣ ਹਰਪ੍ਰੀਤ ਸਿੰਘ ਪੁੱਤਰ ਅਵਤਾਰ ਸਿੰਘ ਅਤੇ ਗੁਰਵਿੰਦਰ ਸਿੰਘ ਪੁੱਤਰ ਭਜਨ ਸਿੰਘ ਵਾਸੀ ਵਰਨਾਲਾ ਵਜੋਂ ਹੋਈ ਹੈ। ਉਹਨਾਂ ਦੱਸਿਆ ਕਿ ਉਕਤ ਵਿਅਕਤੀਆਂ ਨੇ ਪੁੱਛਗਿੱਛ ਦੌਰਾਨ ਮੰਨਿਆ ਹੈ ਕਿ ਉਹਨਾਂ ਵੱਲੋਂ ਪੱਟੀ ਤੋਂ ਅਤੇ ਬਹਾਦਰ ਨਗਰ ਤੋਂ ਮੋਟਰਸਾਈਕਲ ਅਤੇ ਕਈ ਪਸ਼ੂ ਵੀ ਚੋਰੀ ਕੀਤੇ ਗਏ ਹਨ। SHO ਹਰਚੰਦ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹਾਂਜੀ ਸਰ, ਅੱਜ ਜਿਹੜੇ ਦੋ ਵਿਅਕਤੀ ਫੜੇ ਨੇ ਲੁੱਟ ਖੋਹ ਕਰਨ ਵਾਲੇ, ਕੀ ਬਰਾਮਦ ਹੋਇਆ ਇਹਨਾਂ ਕੋਲ ਅਤੇ ਕੀ ਇਹਨਾਂ ਦਾ ਕਿੱਥੋਂ ਲੁੱਟ ਕੀਤੀ? ਇਹ ਨਾ 12 ਤਰੀਕ ਨੂੰ ਸ਼ਾਮ ਨੂੰ ਅਮਨਦੀਪ ਕੌਰ ਨਾਂ ਦੀ ਇੱਕ ਔਰਤ ਆਪਣੇ ਐਕਟਿਵਾ 'ਤੇ ਸਬਜ਼ੀ ਲੈਣ ਵਾਸਤੇ ਵਲਟੋਏ ਚੌਂਕ ਦੇ ਵਿੱਚ ਆਈ ਸੀ। ਉਹ ਸਬਜ਼ੀ ਵਾਲੀ ਦੁਕਾਨ ਤੋਂ ਸਬਜ਼ੀ ਖਰੀਦ ਰਹੀ ਸੀ ਅਤੇ ਦੋ ਮੋਨੇ ਨੌਜਵਾਨ ਹੀਰੋ ਹਾਂਡਾ ਮੋਟਰਸਾਈਕਲ 'ਤੇ ਆਏ ਅਤੇ ਉਹਦੇ ਪਰਸ ਨੂੰ ਚਪਟ ਮਾਰ ਕੇ ਅਤੇ ਖੋਹ ਕੇ ਅਤੇ ਭੱਜ ਗਏ। ਉਹ ਥਾਣੇ ਤੋਂ ਥੋੜ੍ਹੀ ਦੂਰ ਸੀ, ਉਹ ਵਿਚਾਰੀ ਸਾਡੇ ਕੋਲ ਥਾਣੇ ਜਦੋਂ ਆਈ ਆ ਅਤੇ ਅਸੀਂ ਬਿਨਾਂ ਦੇਰੀ ਆਪਣੀ ਪੁਲਿਸ ਪਾਰਟੀ ਜਿਹੜੀ ਆ ਉਹਨੂੰ ਉਹਦੇ ਦੱਸਣ ਮੁਤਾਬਕ ਤੋਰਤਾ ਅਤੇ ਜਿਹੜੇ ਅਸੀਂ ਪੁਲਿਸ ਪਾਰਟੀ ਨੇ ਥੋੜ੍ਹੀ
ਥੋੜ੍ਹੀ ਦੇਰ ਬਾਅਦ ਹੀ ਜਦੋਂ ਉਹਨਾਂ ਦਾ ਪਿੱਛਾ ਕੀਤਾ ਤਾਂ ਪਤਾ ਲੱਗਾ ਵੀ ਇਹੋ ਹੀ ਮੁੰਡੇ ਆ, ਅਤੇ ਸ਼ਾਮ ਤੱਕ ਅਸੀਂ ਉਹ ਜਿਹੜਾ ਉਹਨਾਂ ਨੂੰ ਫੜ ਕੇ ਅਤੇ ਜਿਹੜਾ ਉੱਥੋਂ ਚੋਰੀ ਖੋਹ ਕੀਤਾ ਪਰਸ ਸੀਗਾ ਸਮੇਤ ਉਹਦੇ ਏ ਟੀ ਐੱਮ ਕਾਰਡ, ਉਹਦਾ ਰਿਕਾਰਡ ਅਤੇ ਉਹਦੀ ਨਕਦੀ 2500 ਰੁਪਇਆ ਉਹ ਅਸੀਂ ਬਰਾਮਦ ਕਰਕੇ ਅਤੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਵਾ, ਮੁਕੱਦਮਾ ਇਹਨਾਂ ਦੇ ਖਿਲਾਫ ਦਰਜ ਕਰਤਾ ਵਾ ਅਤੇ ਇਹਨਾਂ ਦੀ ਜਿਹੜੀ ਪੁੱਛਗਿੱਛ ਆ ਉਹ ਚੱਲ ਰਹੀ ਆ, ਕਿਉਂਕਿ ਇਹ ਖੋਹ ਕਰਨ ਵਾਲੇ ਪਹਿਲੇ ਨਹੀਂ ਆ, ਇਹਨਾਂ ਨੇ ਪਹਿਲਾਂ ਵੀ ਕਾਫੀ ਵਾਰਦਾਤਾਂ ਕੀਤੀਆਂ ਹੋ ਸਕਦੀਆਂ ਵਾ। ਜਿਹੜਾ ਪਾਰਟ ਆਫ ਇਨਵੈਸਟੀਗੇਸ਼ਨ ਆ ਉਹਦੇ ਵਿੱਚ ਫਿਰ ਅਸੀਂ ਅੱਗੇ ਇਹਨਾਂ ਨੂੰ ਦੱਸਾਂਗੇ ਵੀ ਇਹਨਾਂ ਦੇ ਨਾਲ ਹੋਰ ਕੌਣ ਪਾਉਣਾ। ਕੀ ਪਹਿਚਾਣ ਹੈ ਜੀ ਇਹਨਾਂ ਵਿਅਕਤੀਆਂ ਦੀ ਅਤੇ ਕੀ ਇਹਨਾਂ ਨੇ ਮੰਨਿਆ ਕਿ ਕੀ ਚੋਰੀ ਹੈ ਇਹਨਾਂ ਤੋਂ? ਇਹ ਇੱਕ ਹਰਪ੍ਰੀਤ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਬਰਨਾਲਾ, ਦੂਜਾ ਗੁਰਵਿੰਦਰ ਸਿੰਘ ਪੁੱਤਰ ਭਜਨ ਸਿੰਘ ਵਾਸੀ ਬਰਨਾਲਾ ਵਾ। ਇਹ ਦੋ ਨੌਜਵਾਨ ਆ ਅਤੇ ਇਹਨਾਂ ਨੇ ਫਰਦਰ ਪੁੱਛਗਿੱਛ 'ਚ ਦੱਸਿਆ ਵੀ ਅਸੀਂ ਪੱਟੀ ਤੋਂ ਵੀ ਮੋਟਰਸਾਈਕਲ ਚੋਰੀ ਕੀਤੇ ਆ, ਆ ਬੱਕਰੇ ਚੋਰੀ ਕਰਨ ਦਾ ਬੜਾ ਕਹਿੰਦੇ ਅਸੀਂ ਕਾਫੀ ਵਾਰਦਾਤਾਂ ਕੀਤੀਆਂ ਵਾ ਇਲਾਕੇ ਦੇ ਵਿੱਚ, ਅਤੇ ਇਹ ਬੇਸਿਕਲੀ ਇਹਨਾਂ ਦਾ ਜਿਹੜਾ ਹੈਗਾ ਪ੍ਰੀਵੀਅਸ ਹੈਗਾ ਵਾ ਇਮੇਜ ਉਹ ਵੀ ਕ੍ਰਿਮੀਨਲ ਆ। ਕੋਈ ਹੋਰ ਵੀ ਕੁਛ ਪੁੱਛਗਿੱਛ ਦੌਰਾਨ ਅੱਗੇ ਕੋਈ ਸਾਹਮਣੇ ਆ ਸਕਦਾ ਜੀ? ਬਿਲਕੁਲ, ਇਹਨਾਂ ਦੀ ਜਿਹੜੀ ਆ ਥਰੋਲੀ ਪੁੱਛਗਿੱਛ ਕੀਤੀ ਜਾਊਗੀ, ਇਹਨਾਂ ਦੇ ਨਾਲ ਹੋਰ ਕਿਹੜੇ ਕਿਹੜੇ ਇਨਵੋਲਵ ਆ ਉਹ ਵੀ ਨੋਮੀਨੇਟ ਕਰਕੇ ਅਰੈਸਟ ਕੀਤੇ ਜਾਣਗੇ। ਸਬਸਕ੍ਰਾਈਬ ਕਰੋ ਨਿਡਰ ਆਵਾਜ਼ ਟੀਵੀ ਨੂੰ ਅਤੇ ਤਾਜ਼ਾ ਵੀਡੀਓਜ਼ ਪਾਉਣ ਲਈ ਬੈੱਲ ਦਾ ਬਟਨ ਦਬਾਓ।